ਭੋਗਪੁਰ ਤੋਂ ਬੁੱਲੋਵਾਲ ਨੂੰ ਜਾਂਦੀ ਸੜਕ ਕਾਫੀ ਸਮੇਂ ਤੋਂ ਲੋਕਾਂ ਦੀ ਸਿਰਦਰਦੀ ਬਣੀ ਹੋਈ ਸੀ। ਟ੍ਰੈਫਿਕ ਜ਼ਿਆਦਾ ਹੋਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਸਨ ਤੇ ਸੜਕ ਤੇ ਪਏ ਖੱਡਿਆਂ ਦੇ ਕਾਰਨ ਕਈ ਵਾਰ ਸੜਕ ਹਾਦਸੇ ਵੀ ਹੋਏ ਇਸ ਸੜਕ ਤੇ। ਲੋਕਾਂ ਦੇ ਸੰਘਰਸ਼ਾਂ ਤੋਂ ਬਾਅਦ ਸਰਕਾਰਾਂ ਦੇ ਕੰਨਾਂ ਤੇ ਜੂਨ ਸੜਕ ਦੀ ਨਜ਼ਰ ਆਈ ਤੇ ਇਹ ਸੜਕ ਦਾ ਨਿਰਮਾਣ ਹੋ ਸਕਿਆ ਹੈ। ਦੱਸ ਦਈਏ ਕਿ ਬੁੱਲੋਵਾਲ ਤੋਂ ਭੋਗਪੁਰ ਨੂੰ ਜਾਂਦੀ ਇਹ ਸੜਕ ਜਾ ਕੇ ਪਠਾਨਕੋਟ ਹੁਸ਼ਿਆਰਪੁਰ GT ਰੋਡ ਤੇ ਲੱਗਦੀ ਹੈ। ਸਥਾਨਕ ਰਾਹਗੀਰਾਂ ਨੇ ਸੜਕ ਦੇ ਨਿਰਮਾਣ ਤੇ ਮੌਜੂਦਾ ਸਰਕਾਰ ਦਾ ਧੰਨਵਾਦ ਵੀ ਕੀਤਾ। ਬੜੀ ਸੜਕ ਬਣਦੀ ਆ, ਬੜੀ ਖੁਸ਼ੀ ਦੀ ਗੱਲ ਆ। ਵੈਸੇ ਹੁਣ ਮਿਹਨਤ ਦਾ ਕੰਮ ਤੁਸੀਂ ਕਰਦੇ ਪਏ ਆ ਤੇ ਕਾਫੀ ਦੇਰ ਤੋਂ ਠੱਗਦੀ ਸੜਕ ਖਰਾਬ ਸੀਗੀ, ਹੁਣ ਤੁਸੀਂ ਆ ਬਣਾ ਰਹੇ ਡਬਲ ਚੜ ਕੀਤੀ ਆ ਤੇ ਦੁਬੱਲਾ ਇਹ ਨਵਾਂ ਬਣ ਗਿਆ ਆ। ਠੀਕ ਹੈ ਜੀ, ਤੇ ਦੂਜੀ ਸਾਈਡ ਕੰਪਲੀਟ ਹੋ ਗਈ ਆ, ਦੂਜੀ ਸਾਈਡ ਤੁਹਾਡੀ ਬਣਦੀ ਪਈ ਆ। ਠੀਕ ਹੈ, ਤੇ ਬੜੀ ਖੁਸ਼ੀ ਹੁੰਦੀ ਵੀ ਠੱਗ ਨਵੀਂ ਬਣਦੀ ਆ। ਵੈਸੇ ਟੁੱਟੇ ਟੋਏ ਪਏ ਉਹ ਬੜਾ ਮੰਦਾਰ ਵਾ, ਬਹੁਤ ਟਾਈਮ ਵੀ ਤਾਂ ਹੋ ਗਿਆ ਸੀ। ਹਾਂਜੀ, ਤੇ ਜਿਹੜੀ ਉਹ ਬ੍ਰਾਂਡ ਟੱਪ ਕੇ ਟੁੱਟੀ ਹੈ, ਸੜਕ ਟੁੱਟੀ ਔਰ ਉਹ ਮੰਦਾਰ ਆ ਜੀ, ਉਹ ਮੈਂ ਤਾਂ ਕਹਿੰਦਾ ਵੀ ਬਣਾਈ ਜਾਵੇ ਤਾਂ ਤੁਹਾਡੀ ਬਹੁਤ ਮਿਹਰਬਾਨੀ ਜੀ। ਧੰਨਵਾਦ ਜੀ। ਠੀਕ ਹੈ, ਇਹ ਤਾਂ ਬਹੁਤ ਚੰਗੀ ਗੱਲ ਹੈ ਜੀ। ਹਾਂਜੀ, ਇਹ ਤਾਂ ਬੜਾ ਛੇਤੀ ਉੱਪਰ ਜਾਊ ਬੰਦਾ, ਕਿ ਨਾ ਕੀ ਨਹੀਂ ਹੁੰਦਾ ਸੀਗਾ। ਇਹ ਤਾਂ ਖਾਂ ਖਰਾਬ ਆ, ਬਹੁਤ ਫਰਕ ਬਹੁਤ ਜ਼ਿਆਦਾ ਹੋ ਗਿਆ ਇਹ ਬੰਦ ਨੂੰ, ਤੇ ਰੋਡ ਦਾ ਬਹੁਤ ਖਰਾਬ ਇਹ ਜ਼ਿਆਦਾ ਖਰਾਬ ਤੋਂ ਮੋਰੇ ਹੈਗਾ ਬ੍ਰਾਂਡ ਤੋਂ। ਅੱਛਾ ਜੀ, ਤੇ ਆਹ ਤਾਂ ਚਲੋ ਸੀਗਾ ਪਰ ਇਹ ਵੀ ਖਰਾਬ ਸੀਗਾ। ਉਹ ਤਾਂ ਬਹੁਤ ਚੰਗਾ ਹੋਇਆ, ਛੇਤੀ ਆਪਣੇ ਟਿਕਾਣੇ ਚੱਲ ਜਾਊਗਾ, ਸੰਦ ਨਹੀਂ ਭੱਜਦੇ। ਠੀਕ ਹੈ ਜੀ। ਹਾਂਜੀ, ਹੋਰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ? ਹੋਰ ਸਰਕਾਰ ਦਾ ਬਹੁਤ ਧੰਨਵਾਦ ਅਸੀਂ ਕਰਦੇ ਹਾਂ। ਬਾਬਾ ਸੁਰਜੀਤ ਸਿੰਘ ਦੀ ਰਿਪੋਰਟ, KDT ਨਿਊਜ਼, ਭੋਗਪੁਰ।